ਮਨਪ੍ਰੀਤ ਤੂੰ ਨਾ ਹਫ਼ਤੇ ਬਾਅਦ ਗੇੜਾ ਲਾ ਹੀ ਲਿਆ ਕਰ, ਸਾਡਾ ਤਾਂ ਤੂੰ ਖੂਨ ਵਧਾ ਦਿੰਦੀ ਆ ਹਸਾ ਹਸਾ ਕੇ। ਉਹ ਭਾਬੀ ਮੇਰਾ ਬਸ ਚੱਲੇ ਤਾਂ ਮੈਂ ਰੋਜ਼ ਹੀ ਗੇੜਾ ਲਾ ਲਾ, ਘੱਟੋ ਘੱਟ ਸੱਸ ਦੀਆਂ ਗੱਲਾਂ ਸੁਣਾਉਣ ਤੋਂ ਖਹਿੜਾ ਛੁੱਟੂ। ਨਹੀਂ ਨਹੀਂ, ਸੱਸ ਦੀਆਂ ਗੱਲਾਂ ਵੀ ਸੁਣਨੀਆਂ ਬਹੁਤ ਜ਼ਰੂਰੀ ਨੇ। ਹਾਂ, ਕੋਈ ਸੱਸ ਸੁਣਾਉਂਦੀ ਆ ਤੇ ਕੋਈ ਨਹੀਂ। ਮੰਮੀ ਮੈਂ ਤੁਹਾਡੇ ਬਾਰੇ ਥੋੜੀ ਕਿਹਾ, ਤੁਸੀਂ ਉਹੀ ਫੀਲਿੰਗ ਲਈ ਜਾਂਦੇ ਹੋ। ਜਿਹੜੀ ਫੀਲਿੰਗ ਨਾਲ ਤੂੰ ਬੋਲੀ ਆ ਨਾ, ਮੈਂ ਸਾਰਾ ਹੀ ਸਮਝਦੀ ਹਾਂ। ਪਰ ਮੰਮੀ ਮੈਂ ਤਾਂ ਉਹ ਚਲੋ ਛੱਡੋ ਮੰਮੀ, ਉਹ ਮੈਂ ਜਾਇਆ ਵਾਂ, ਜਿਹੜੇ ਮੈਂ ਕੰਮ ਆਈ ਸੀ ਮੈਂ ਉਹ ਵੀ ਕਰਨੇ ਆ। ਹੋਰ ਕੰਮ? ਹੋਰ ਕੰਮ ਕਿਹੜਾ ਕਰਨਾ ਆਈ ਆ ਤੂੰ? ਕੁਛ ਨਹੀਂ ਮੰਮੀ, ਉਹ ਜਿਹੜੇ ਮੇਰੇ ਪੁਰਾਣੇ ਸੂਟ ਸੀਗੇ ਸਾਰੇ ਟਾਇਟ ਹੋ ਗਏ, ਇੱਧਰ ਨਵੇਂ ਸੂਟ ਦੇਖਣ ਆਈ ਸੀ। ਮਨਪ੍ਰੀਤ ਫੇਰ ਤਾਂ ਤੂੰ ਬਹੁਤ ਵਧੀਆ ਟਾਈਮ ਦੇ ਉੱਤੇ ਆਈ ਆ, ਉਹ ਮੈਂ ਕੱਲ ਹੀ ਨਾ ਸਾਰੇ ਜਿੰਨੇ ਵੀ ਮੇਰੇ ਕੋਲ ਅਨਸਟਿਚ ਸੂਟ ਸੀ ਉਹ ਕੱਟ ਕੇ ਹਟੀ ਆ, ਤੂੰ ਉਹਨਾਂ 'ਚ ਦੇਖ ਲੈ ਜੇ ਤੈਨੂੰ ਕੋਈ ਪਸੰਦ ਆਉਂਦਾ। ਲੈ ਭਾਬੀ ਨੇਕੀ ਔਰ ਪੂਛ ਪੂਛ, ਲੈ ਕੱਢ, ਕਿੱਥੇ ਨੇ ਸੂਟ? ਲੈ ਤੂੰ ਬੈਠ, ਸੂਟ ਤਾਂ ਮੇਰੇ ਨੇੜੇ ਹੀ ਪਏ ਨੇ। ਵਾਹ ਭਾਬੀ, ਇਹ ਤਾਂ ਸਾਰੇ ਹੀ ਸੋਹਣੇ ਨੇ, ਗੁੱਸਾ ਨਾ ਕਰੀ, ਮੇਰੇ ਤਾਂ ਤਿੰਨਾਂ ਦੀ ਨੀਤ ਫਿੱਟ ਗਈ। ਕੋਈ ਨਾ, ਫਿਰ ਕੀ ਹੋਇਆ, ਤੂੰ ਤਿੰਨੇ ਹੀ ਲੈ ਜਾ। ਸੱਚੀ ਭਾਬੀ ਦੇਖ ਲਾ, ਬਾਅਦ ਚੋਂ ਕਿਤੇ ਵਾਪਸ ਨਾ ਮੰਗ ਲਈ। ਉਹ ਨਹੀਂ ਮੰਗਦੀ, ਤੇਰੇ ਨਾਲ ਕਹਾ ਮੈਨੂੰ ਸੂਟ ਪਿਆਰੇ ਨੇ, ਮੈਂ ਇਹ ਕਰੂੰਗੀ, ਹੋਰ ਵੀ ਸੂਟ ਦੇਖ ਲੂੰਗੀ, ਤੂੰ ਉਹ ਵੀ ਲੈ ਲਈ। ਚਲੋ ਠੀਕ ਆ ਭਾਬੀ, ਤੁਸੀਂ ਤਾਂ ਮੇਰਾ ਗੇੜਾ ਬਚਾਤਾ, ਹੁਣ ਮੈਂ ਆਰਾਮ ਨਾਲ ਨਾ ਰਸਤੇ 'ਚ ਗੋਲ ਗੱਪੇ ਖਾ ਕੇ ਫਿਰ ਘਰੇ ਜਾਊਂਗੀ। ਤੂੰ ਇੱਕ ਛੱਡ, ਦੋ ਪਲੇਟਾਂ ਖਾ ਲਈ, ਪਰ ਇੱਕ ਗੱਲ ਕਹਾਂ, ਤੂੰ ਨਾ ਗੋਲ ਗੱਪੇ ਘੱਟ ਹੀ ਖਾਇਆ ਕਰ, ਪਹਿਲਾਂ ਹੀ ਤੂੰ ਗੋਲ ਗੱਪੇ ਵਰਗੀਆਂ, ਐ ਨਾ ਹੋਵੇ ਤੂੰ ਆਹ ਸੂਟ ਵੀ ਸਮਾਲੇ, ਇਹ ਵੀ ਤੇਰੇ ਟੈਟ ਹੋ ਜਾਣ। ਹੈ ਵਾਨੀ ਮਿੰਦੋ, ਬੜਾ ਵੱਡਾ ਦਿਲ ਆ ਤੇਰਾ, ਸਾਰੇ ਸੂਟ ਕੱਢ ਕੇ ਫੜਾਤੇ ਮੇਰੀ ਧੀ ਨੂੰ। ਬਸ ਕਰ ਭੈਣੇ, ਇੰਨਾ ਮਨ ਨਾ ਖਰਾਬ ਕਰ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਜੀਜੇ ਜੀ ਦਾ ਕੰਮ ਇੰਨਾ ਡਾਊਨ ਚੱਲਿਆ ਗਿਆ। ਕੀ ਦੱਸਾਂ ਮਿੰਦੋ, ਕਿੰਨੇ ਕੰਮ ਬਦਲ ਕੇ ਦੇਖ ਲਏ, ਕੋਈ ਸੈੱਟ ਨਹੀਂ ਆਉਂਦਾ। ਕੋਈ ਨਾ ਭੈਣੇ, ਹੌਲੀ ਹੌਲੀ ਸਾਰਾ ਕੁਛ ਠੀਕ ਹੋ ਜਾਊਗਾ। ਤੂੰ ਸੱਚ ਮੈਨੂੰ ਕੱਪੜਿਆਂ ਨੂੰ ਕਿਹਾ ਸੀ, ਮੈਂ ਨਾ ਬੰਨ ਕੇ ਰੱਖੇ ਹੋਏ ਨੇ, ਇੱਕ ਦੋ ਅਲਮਾਰੀ ਦੇ ਵਿੱਚ ਪਏ ਨੇ, ਉਹ ਵੀ ਮੈਂ ਤੈਨੂੰ ਕੱਢ ਕੇ ਦਿੰਦੀ ਹਾਂ। ਭੈਣੇ ਗੁੱਸਾ ਨਾ ਕਰੀ, ਜੇ ਕੰਮ ਠੀਕ ਹੁੰਦਾ ਨਾ ਤਾਂ ਮੈਂ ਕਹਿਣਾ ਨਹੀਂ ਸੀਗਾ। ਲੈ ਗੁੱਸਾ ਕਾਹਦਾ, ਨਾ ਆਪਣਾ ਹੀ ਆਪਣੇ ਦੇ ਕੰਮ ਨਹੀਂ ਆਊ ਤਾਂ ਹੋਰ ਕੌਣ ਆ, ਨਾਲੇ ਤੂੰ ਤਾਂ ਮੇਰੀ ਸਕੀ ਭੈਣ ਆ। ਬਸ ਮਿੰਦੋ, ਇੰਨੇ ਮੈਂ ਕੀ ਕਰਨੇ ਆ, ਦੋ ਚਾਰ ਦੇ ਦੇ। ਨੀ ਦੋ ਚਾਰ ਕਿਉਂ, ਇਹ ਸਾਰੇ ਕੱਪੜੇ ਨਾ ਮੇਰੇ ਭੀੜੇ ਹੋਏ ਹੋਏ ਆ, ਤੇ ਤੂੰ ਮੇਰੇ ਨਾਲੋਂ ਪਤਲੀ ਆ, ਤੇਰੇ ਸਾਰੇ ਹੀ ਆ ਜਾਣੇ ਆ। ਤੇਰੀ ਬਹੁਤ ਬਹੁਤ ਮਿਹਰਬਾਨੀ ਮਿੰਦੋ। ਇਹਦੇ ਚ ਮਿਹਰਬਾਨੀ ਕਿਹੜੀ ਭਲਾ, ਜੇ ਤੈਨੂੰ ਕਿਸੇ ਹੋਰ ਚੀਜ਼ ਦੀ ਵੀ ਲੋੜ ਹੋਊ ਨਾ ਤੂੰ ਮੈਨੂੰ ਦੱਸ ਦੇਈਂ, ਚੀਜ਼ ਕੀ ਨਾ। ਮਿੰਦੋ ਤੇਰੇ ਸਾਰੇ ਸੂਟ ਭੀੜੇ ਹੋ ਗਏ, ਇੱਕ ਅੱਧਾ ਤਾਂ ਰੱਖ ਲਾ, ਫਿਰ ਪਾਉਣ ਵੇਲੇ ਝੱਕੀ ਜਾਏਗੀ। ਮੰਮੀ ਜੋ ਦਾ ਫਤਿਹ ਹੋਇਆ ਨਾ, ਮੇਰਾ ਵੇਟ ਵੱਧ ਗਿਆ ਤੇ ਇਹਨਾਂ ਚੋਂ ਮੇਰੇ ਇੱਕ ਵੀ ਸੂਟ ਨਹੀਂ ਆਉਂਦਾ। ਉਹ ਸੂਟ ਤਾਂ ਤੇਰੇ ਹੀ ਨੇ, ਸਿਉਣ ਘੜ ਕੇ ਖੁੱਲੇ ਕਰ ਲਾ। ਹਾਂ ਮਿੰਦੋ, ਮਾਸੀ ਜੀ ਸਹੀ ਉਹ ਕਹਿੰਦੇ ਨੇ, ਤੂੰ ਖੁੱਲੇ ਕਰਕੇ ਦੇਖ ਲਾ ਜੇ ਤੇਰੇ ਕੋਈ ਆ ਜਾਏ। ਨਹੀਂ ਸੋਨੀ, ਇਹ ਮੇਰੇ ਕਿੱਥੋਂ ਆ ਜਾਣਗੇ, ਉਹ ਘੱਟੋ ਘੱਟ ਮੇਰਾ 7-8 ਕਿਲੋ ਵਜ਼ਨ ਵਧਿਆ, ਇਹ ਤਾਂ ਮੇਰੇ ਗਲੇ ਤੋਂ ਥੱਲੇ ਨਹੀਂ ਉਤਰਦੇ। ਚੰਗਾ ਮਿੰਦੋ, ਮੈਂ ਚੱਲਦੀ ਹਾਂ, ਜਵਾਕ ਵੀ ਆਉਣ ਵਾਲੇ ਨੇ। ਚੰਗਾ ਮਾਸੀ ਜੀ, ਸਤਿ ਸ੍ਰੀ ਅਕਾਲ। ਨਾ ਜੇ ਜ਼ਿਆਦਾ ਭਾਰ ਮੈਚ ਕਰ ਦਿੰਦੀ ਹੈ। ਨਹੀਂ ਨਹੀਂ ਮਾਸੀ, ਮੈਂ ਲੈ ਜਾਣਾ। ਉਹਨੂੰ ਕੀ ਹੋਇਆ ਮੰਮੀ? ਆਹੋ ਬੈਠੋ, ਮੈਂ ਤੁਹਾਡੇ ਲਈ ਚਾਹ ਲੈ ਕੇ ਆਉਣੀ ਆ। ਮੈਂ ਨੀ ਪੀਣੀ ਚਾਹ, ਤੂੰ ਹੀ ਪੀ ਲਾ। ਤੈਨੂੰ ਇੱਕ ਵਾਰੀ ਘਰੇ ਉਹਨੂੰ ਤਾਂ ਮੈਂ ਦੱਸਦੀ ਹਾਂ ਕਿ ਮੈਂ ਸਾਰਾ ਘਰ ਲਟਾਉਣ ਲੱਗੀ ਹੋਈ ਆ। ਕੀ ਹੋਇਆ ਮੰਮੀ, ਗੇੜੇ ਕੱਢੀ ਜਾਂਦੇ ਹੋ? ਤੈਨੂੰ ਉਡੀਕਦੀ ਸੀ, ਆ ਜਾ ਬਹਿ ਜਾ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ। ਮੇਰੇ ਨਾਲ ਗੱਲ ਕਰਨੀ ਆ? ਦੱਸੋ। ਆ ਸੋਨੀ ਆਈ ਸੀ ਤੇਰੀ ਸਾਲੀ, ਮਿੰਦੋ ਨੇ ਨਵੇਂ ਸੂਟਾਂ ਦੇ ਬੈਗ ਭਰ ਕੇ ਸਾਰੇ ਚੁਕਾ ਤੇ ਉਹਨੂੰ। ਕਿਉਂ, ਮਿੰਦੋ ਨੇ ਆਪਣੇ ਸੂਟ ਕੱਢ ਦਿੱਤੇ ਉਹਨੂੰ? ਮੈਨੂੰ ਕੀ ਪਤਾ ਕਿਉਂ ਦੇਤੇ, ਉਹ ਨਾ ਇਹਦੇ ਪੇਕੇ ਰੱਜਣ, ਨਾ ਇਹਦੀਆਂ ਭੈਣਾਂ ਰੱਜਣ,
ਜਦ ਤਾਂ ਪੈਰਾਂ ਥੱਲੇ ਅੱਗ ਮੱਚਦੀ ਹੁੰਦੀ ਆ ਵੀ ਮੈਨੂੰ ਸੂਟ ਲੈ ਦੇ ਹੁਣ ਭਰ ਕੇ ਬੈਗ ਚਕਾ ਤਾ ਆਹ ਬਹੁਤ ਮਾੜੀ ਗੱਲ ਆ ਮਿੰਦੋ ਦੀ ਮੈਂ ਉਹਨੂੰ ਸੂਟ ਤੇ ਸੂਟ ਲੈ ਕੇ ਦੇਈ ਜਾਂਦਾ ਤੇ ਉਹ ਅੱਗੇ ਚਕਾਈ ਜਾਂਦੀ ਆ ਕੋਈ ਨਾ ਮੈਂ ਕਰਦਾ ਗੱਲ ਜਾ ਕੇ ਇਹਦੇ ਨਾਲ ਉਹ ਗੱਲ ਤਾਂ ਤੂੰ ਕਰ ਲਈ ਪਰ ਮੇਰਾ ਨਾਮ ਨਾ ਲਈ ਫਿਰ ਕਹੂਗੀ ਬੁੜੀ ਨੇ ਚੱਕਤਾ ਨਾਲੇ ਇੱਕ ਗੱਲ ਹੋਰ ਹੁਣ ਉਹਨੂੰ ਕੋਈ ਸੂਟ ਨਹੀਂ ਦਵਾਉਣਾ ਜੇ ਕਹੂਗੀ ਨਾ ਲੈਣ ਨੂੰ ਉਹਨੂੰ ਕਹਿ ਦੇ ਵੀ ਪਹਿਲਾਂ ਨੇ ਸੂਟ ਕਿਉਂ ਚੁਕਾਏ ਨੇ ਤਾਂ ਕੋਈ ਨਾ ਮੰਮੀ ਮੈਂ ਕਰਦਾ ਗੱਲ ਜਾ ਕੇ ਹੁਣ ਪਤਾ ਲੱਗੂਗਾ ਕਿਵੇਂ ਸੂਟ ਚੁਕਾਈ ਦੇ ਨੇ ਕੀ ਕਰਦੀ ਸੀ ਮੈਨੂੰ ਆ ਗਏ ਤੁਸੀਂ ਉਹ ਮੈਂ ਤਾਂ ਕੱਪੜਿਆਂ ਦੇ ਤਹਿ ਲਾਉਂਦੀ ਸੀ ਪਹਿਲਾਂ ਸੋਨੀ ਹੁਣੀ ਆ ਗਏ ਮੇਰੇ ਤੋਂ ਕੰਮ ਨਹੀਂ ਹੋਇਆ ਤਾਂ ਹੁਣ ਲੱਗੀ ਸੀ ਮਿਲਣੀ ਸੀ ਮੈਨੂੰ ਸੋਨੀ ਬਾਹਰ ਟੈਚੀਆ ਚੱਕੀ ਫਿਰਦੀ ਸੀ ਲੱਗਦਾ ਕਿਤੇ ਸ਼ੋਪਿੰਗ ਸ਼ੋਪਿੰਗ ਕਰਕੇ ਆਈ ਸੀ ਹੈ ਉਹ ਨਹੀਂ ਟੈਚੀ ਤਾਂ ਉਹਨੂੰ ਮੈਂ ਦਿੱਤਾ ਜਿਹੜੇ ਕੱਪੜੇ ਮੇਰੇ ਤੰਗ ਸੀਗੇ ਉਹ ਮੈਂ ਸੋਨੀ ਨੂੰ ਦੇ ਦੇ ਮੈਂ ਕਿਹਾ ਉਹ ਪਤਲੀ ਆ ਉਹਦੇ ਆ ਜਾਣਗੇ ਮੈਨੂੰ ਤਾਂ ਲੱਗਦਾ ਤੂੰ ਪੂਰੀ ਅਲਮਾਰੀ ਹੋਈ ਖਾਲੀ ਕਰਤੀ ਕੋਈ ਸੂਟ ਰੱਖਿਆ ਵੀ ਆ ਕਿ ਸਾਰੇ ਦਾਨ ਕਰਤੇ ਦੇਵ ਉਹ ਜਿਹੜੇ ਕੱਪੜੇ ਮੇਰੇ ਆਉਂਦੇ ਆ ਉਹ ਤਾਂ ਮੇਰੀ ਅਲਮਾਰੀ ਦੇ ਵਿੱਚ ਹੀ ਪਏ ਨੇ ਜਿਹੜੇ ਕੱਪੜੇ ਮੇਰੇ ਨਹੀਂ ਆਉਂਦੇ ਤੰਗ ਹੋਏ ਹੋਏ ਨੇ ਉਹ ਮੈਂ ਦਿੱਤੇ ਆ ਸੋਨੀ ਨੂੰ ਨਾਲੇ ਸਿੱਟਣ ਨਾਲ ਤਾਂ ਚੰਗਾ ਵੀ ਉਹ ਪਾ ਲੂ ਬਸ ਠੀਕ ਆ ਉਹ ਤਾਂ ਪਾ ਲੂਗੀ ਸੂਟ ਜਿਹੜੇ ਪਾਉਣੇ ਆ ਪਰ ਤੂੰ ਯਾਦ ਰੱਖ ਤੈਨੂੰ ਮੈਂ ਹੁਣ ਹੋਰ ਸੂਟ ਨਹੀਂ ਲੈ ਕੇ ਦਿੰਦਾ ਕਿਉਂ ਲੈ ਕੇ ਕਿਉਂ ਨਹੀਂ ਦੇਣੇ ਗੱਲਾਂ ਕਾਹਤੇ ਸੁਣਾਈ ਜਾਂਦੇ ਮੈਨੂੰ ਐਡੀ ਵੀ ਕੀ ਗੱਲ ਹੋ ਗਈ ਨਾਲੇ ਤੁਹਾਨੂੰ ਸੋਨੀ ਕਿੱਥੋਂ ਮਿਲ ਗਈ ਓਏ ਉਹਨੂੰ ਗਈ ਨੂੰ ਤਾਂ ਘੰਟਾ ਹੋ ਗਿਆ ਤੇ ਤੁਸੀਂ ਹੁਣ ਆਏ ਹੋ ਤੁਹਾਨੂੰ ਜ਼ਰੂਰ ਮੰਮੀ ਨੇ ਕੁਛ ਨਾ ਕੁਛ ਕਿਹਾ ਮੈਨੂੰ ਜਿਹਨੇ ਮਰਜ਼ੀ ਕਿਹਾ ਹੋਵੇ ਤੂੰ ਕੀ ਲੈਣਾ ਤੂੰ ਆਪਣਾ ਦੱਸ ਤੂੰ ਕਿਉਂ ਸੂਟ ਦਿੱਤੇ ਆਪਣੇ ਚੱਕ ਕੇ ਕਿਉਂਕਿ ਉਹਦਾ ਹੱਥ ਟੈਟ ਸੀ ਉਹ ਐ ਤਾਂ ਮੈਂ ਮਨਪ੍ਰੀਤ ਨੂੰ ਵੀ ਸੂਟ ਦੇ ਦਿੰਦੀ ਹਾਂ ਉਹ ਸਿਉਂਦੇ ਹੋਏ ਛੱਡੋ ਉਹਨੂੰ ਤਾਂ ਮੈਂ ਅਨਸਟਿਚ ਵੀ ਦੇ ਦਿੰਦੀ ਹਾਂ ਉਹ ਨਹੀਂ ਤੁਹਾਨੂੰ ਕਦੇ ਮੰਮੀ ਨੇ ਕਿਹਾ ਮਨਪ੍ਰੀਤ ਨੂੰ ਸੂਟ ਦਿੱਤੇ ਹਾਂਜੀ ਮੰਮੀ ਕਹੀ ਜਾਂਦੀ ਆ ਮੈਨੂੰ ਦੂਰ ਹੀ ਰੱਖਿਆ ਕਰੋ ਇਹ ਜਿਹੀਆਂ ਲੜਾਈਆਂ ਤੋਂ ਕੀ ਲੜਾਈਆਂ ਹੁਣ ਜਦੋਂ ਭੈਣ ਤੇ ਗੱਲ ਆ ਗਈ ਤਾਂ ਉੱਠ ਕੇ ਚਲੇ ਗਏ ਮੰਮੀ ਨਾਲ ਤਾਂ ਮੈਂ ਹੀ ਗੱਲ ਕਰਦੀ ਹਾਂ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਹਾਂ ਦੱਸ ਕੀ ਗੱਲ ਕਰਨੀ ਹੈ ਅੱਜ ਮੇਰੀ ਭੈਣ ਆਈ ਸੀ ਸੋਨੀ ਪਤਾ ਹੀ ਹੈ ਤੁਹਾਨੂੰ ਉਹਨੂੰ ਮੈਂ ਸੂਟ ਵੀ ਦਿੱਤੇ ਆ ਤੇ ਤੁਸੀਂ ਦੇਵ ਨੂੰ ਦੱਸਤਾ ਦੱਸਿਆ ਨਾ ਹਾਂ ਦੱਸਿਆ ਮੈਂ ਹੀ ਦੱਸਿਆ ਠੀਕ ਆ ਮੰਮੀ ਥੋੜੇ ਦਿਨ ਪਹਿਲਾਂ ਮਨਪ੍ਰੀਤ ਵੀ ਆਈ ਸੀ ਯਾਦ ਹੀ ਹੋਊਗਾ ਤੁਹਾਨੂੰ ਉਹਨੂੰ ਵੀ ਮੈਂ ਕੱਪੜੇ ਦਿੱਤੇ ਸੀ ਸਿਉਂਤੇ ਹੋਏ ਨਹੀਂ ਸਗੋਂ ਅਨਸਟਿਚ ਕੱਪੜੇ ਉਹ ਦੱਸਿਆ ਤੁਸੀਂ ਦੇਵ ਨੂੰ ਮੇਰੇ ਤਾਂ ਯਾਦ ਨਹੀਂ ਤੂੰ ਕੀ ਗੱਲ ਕਰੀ ਜਾਂਦੀ ਹੈ ਆਹੀ ਤਾਂ ਗੱਲ ਆ ਮੰਮੀ ਜੇ ਤਾਂ ਮੈਂ ਤੁਹਾਡੀ ਧੀ ਲਈ ਕੁਛ ਕਰਾਂ ਉਹ ਨਹੀਂ ਤੁਹਾਡੇ ਯਾਦ ਰਹਿੰਦਾ ਜੇ ਮੈਂ ਆਪਣੀ ਭੈਣ ਲਈ ਕੁਛ ਕਰਾਂ ਜਾਂ ਆਪਣੇ ਪੇਕਿਆਂ ਲਈ ਕੁਛ ਕਰਾਂ ਉਹ ਤੁਹਾਡੇ ਚੰਗੀ ਤਰ੍ਹਾਂ ਯਾਦ ਰਹਿੰਦਾ ਇੰਨਾ ਫਰਕ ਕਿਉਂ ਮੰਮੀ ਮੰਮੀ ਮਾਨਪ੍ਰੀਤ ਨੂੰ ਤਾਂ ਆਪਾਂ ਤਿੱਥ ਤਿਉਹਾਰ ਤੇ ਵੀ ਕੱਪੜੇ ਦੇ ਦਿੰਦੇ ਹਾਂ ਉਹ ਮੈਂ ਤਾਂ ਆਪਣੀ ਭੈਣ ਨੂੰ ਪਹਿਲੀ ਵਾਰ ਕੱਪੜੇ ਦਿੱਤੇ ਆ ਜਦੋਂ ਦਾ ਮੇਰਾ ਵਿਆਹ ਹੋਇਆ ਉਹੀ ਤੁਹਾਨੂੰ ਚੁੱਭ ਗਏ ਜੇ ਤਾਂ ਮੈਂ ਤੁਹਾਡੀ ਧੀ ਲਈ ਕੁਛ ਕਰਾਂ ਫਿਰ ਤਾਂ ਤੁਸੀਂ ਪੂਰੇ ਖੁਸ਼ ਹੋ ਜੇ ਮੈਂ ਕਿਸੇ ਹੋਰ ਲਈ ਕਰਾਂ ਉਹ ਤਾਂ ਮਾੜਾ ਹੈਗਾ ਹੀ ਹੈਗਾ ਮੈਂ ਵੀ ਨਾਲ ਮਾੜੀ ਮੰਮੀ ਜਦੋਂ ਮੈਂ ਦੇਵ ਦੀ ਭੈਣ ਦਾ ਇੰਨਾ ਦਿਲੋਂ ਕਰਦੀ ਹਾਂ ਤਾਂ ਤੁਸੀਂ ਮੇਰੀ ਭੈਣ ਦਾ ਕਰਨ ਵੇਲੇ ਕਿਉਂ ਔਖੇ ਹੁੰਦੇ ਹੋ ਕੋਈ ਨਾ ਪੁੱਤ ਹੋ ਜਾਂਦੀ ਹੈ ਸਿਆਣਿਆਂ ਤੋਂ ਗਲਤੀ ਮੈਨੂੰ ਹੋਰ ਨਾ ਸੁਣਾ ਨਹੀਂ ਸੁਣਾਉਂਦੀ ਮੰਮੀ ਪਰ ਤੁਸੀਂ ਵੀ ਮੇਰੀ ਪਿੱਠ ਪਿੱਛੇ ਨਾ ਇਹਨਾਂ ਨੂੰ ਗੱਲਾਂ ਸੁਣਾਉਣੀਆਂ ਬੰਦ ਕਰ ਦਿਓ ਜੇ ਗੱਲ ਕਰਨੀ ਵੀ ਹੁੰਦੀ ਹੈ ਨਾ ਸਿੱਧੀ ਮੇਰੇ ਨਾਲ ਗੱਲ ਕਰਿਆ ਕਰੋ ਗੱਲ ਤਾਂ ਸਹੀ ਕਹਿ ਕੇ ਗਈ ਆ ਮਿੰਦੋ ਗੱਲ ਤਾਂ ਸਹੀ ਹੋਣੀ ਹੋਈ ਆ ਬਸ ਜਿਹੜੀਆਂ ਸੱਸਾਂ ਨੇ ਨਾ ਕੱਲੀਆਂ ਉਹਨਾਂ ਨੂੰ ਆਪਣੇ ਪੁੱਤ ਕੋਲ ਚੁਗਲੀ ਦੀ ਆਦਤ ਛੱਡਣੀ ਪੈਣੀ ਆ ਫਿਰ ਦੇਖਿਓ ਘਰ ਆਪਣੇ ਆਪ ਸਵਰਗ ਬਣ ਜਾਣਾ ਇਹ ਵੀ ਗੱਲ ਸਹੀ ਆ ਜੇ ਸੱਸ ਤੈਨੂੰ ਬੋਲਿਆ ਇਕੱਠਾ ਜਾਂਦਾ ਫਿਰ ਰਿਹਾ ਕਿਉਂ ਨਹੀਂ ਜਾਂਦਾ ਪਿਆਰ ਨਾਲ ਰਹੋ ਪਰਿਵਾਰ ਨੂੰ ਇੱਕ ਰੱਖੋ ਤੇ ਜੋੜੀ ਰੱਖੋ ਚੁਗਲੀਆਂ ਦੀ ਆਦਤ ਨੂੰ ਛੱਡ ਦਿਓ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਪੇਜ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ ਭਾਬੀ ਹਫ਼ਤੇ ਬਾਅਦ ਕਿਉਂ ਉਹ ਮੇਰਾ ਬੱਸ ਚੱਲੇ ਤਾਂ ਮੈਂ ਰੋਜ਼ ਹੀ ਗੇੜਾ ਲਾ ਲਾ ਘੱਟੋ ਘੱਟ ਸੱਸ ਦੀਆਂ ਗੱਲਾਂ ਸੁਣਨ ਤੋਂ ਤਾਂ ਖਹਿੜਾ ਛੁੱਟੂ 1 2 3 ਉਹ ਨਹੀਂ ਮੰਗਦੀ ਗਾਹ ਤੇਰੇ ਨਾਲੋਂ ਮੈਨੂੰ ਸੂਟ ਪਿਆਰੇ ਨੇ ਸੌਰੀ 1 2 3 ਐਕਸ਼ਨ ਉਹ ਨਹੀਂ ਮੰਗਦੀ ਸੌਰੀ ਐਕਸ਼ਨ
ਉਹ ਨਹੀਂ ਮੰਗਦੀ ਤੇਰੇ ਨਾਲ ਗਾਹਾਂ ਮੈਨੂੰ ਸੂਟ ਪਿਆਰਨੇ ਜੇ ਤੂੰ ਕਹੇ ਤਾਂ ਮੈਂ ਹੋਰ ਵੀ ਦੇਖ ਲੂੰਗੀ ਤੂੰ ਉਹ ਵੀ ਦੇਖ ਲਈ ਉਹਨਾਂ 'ਚ ਜੇ ਕੋਈ ਠੀਕ ਲੱਗਿਆ ਤੈਨੂੰ ਮੈਂ ਗਲਤ ਕਰਨੀ ਸੋਰੀ दाल तू नहीं मंगदी यार मेनू कहती अलमारी च पाया मैं मां तक मेन कह के गई सी आ रखे ठीक है हाँ। पहला बैग चक रखना करैक्टर जब भी फील करके चंगी तरह याद रहा क्यों मम्मी पूंगी तरह मैं चलो 1 2 3 एक्शन।